ਇਹ ਪੇਡ ਕੀ ਨਹੀਂ ਕਰਵਾ ਦਿੰਦਾ, ਇਹ ਨਜ਼ਰ ਆਉਂਦਾ ਜਦੋਂ ਆਪਾਂ ਸੜਕ 'ਤੇ ਉਤਰਦੇ ਹਾਂ ਅਤੇ ਦੇਖਦੇ ਹਾਂ ਵੀ ਕਿਸ ਤਰ੍ਹਾਂ ਬਜ਼ੁਰਗ ਮਾਤਾ ਜਿਹੜੀ ਇੱਥੇ ਅਮਰੂਦਾਂ ਦੀ ਜਿਹੜੀ ਆ ਕਹਿ ਸਕਦੇ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਸੜਕ ਸੁਰੱਖਿਆ ਫੋਰਸ ਸੜਕ ਹਾਦਸਿਆਂ ਦੌਰਾਨ ਵਰਦਾਨ ਸਾਬਿਤ ਹੋ ਰਹੀ ਹੈ, ਜਿਸ ਨੇ ਸਿਰਫ 6 ਮਿੰਟ 29 ਸੈਕਿੰਡ 'ਚ 1053 ਹਾਦਸਿਆਂ ਵਾਲੀ ਥਾਂ ਪਹੁੰਚ ਕੇ ਰਿਕਾਰਡ ਤਾਂ ਬਣਾਇਆ ਹੀ ਪਰ ਇਸ ਦੇ ਨਾਲ ਜਾਨੀ ਨੁਕਸਾਨ ਹੋਣ ਤੋਂ ਵੀ ਬਚਾ ਕੀਤਾ। ਸੜਕ ਸੁਰੱਖਿਆ ਫੋਰਸ ਦੇ ਕੋਲ 144 ਅਤਿ ਆਧੁਨਿਕ ਵਾਹਨ ਹਨ, ਜੋ ਸਪੀਡ ਗਨ, ਅਲਕੋਮੀਟਰ, ਈ ਚਲਾਨ ਮਸ਼ੀਨਾਂ ਅਤੇ AI ਸਮਰਥਿਤ ਸਮਾਰਟ ਮਕੈਨਿਜ਼ਮ ਵਰਗੇ ਅਤਿ ਆਧੁਨਿਕ ਯੰਤਰਾਂ ਦੇ ਨਾਲ ਵੀ ਲੈਸ ਹਨ। SSF ਦੇ ਹੋਂਦ 'ਚ ਆਉਣ ਤੋਂ ਬਾਅਦ ਸੜਕ ਹਾਦਸਿਆਂ 'ਚ ਮੌਤ ਦਰ ਘਟੀ ਹੈ। ਪੰਜਾਬ ਦੇਸ਼ ਦਾ ਪਹਿਲਾ ਸੂਬਾ ਬਣਨ ਜਾ ਰਿਹਾ ਹੈ ਜਿਸ ਸੂਬੇ ਕੋਲ ਸੜਕਾਂ 'ਤੇ ਐਕਸੀਡੈਂਟ, ਸੜਕਾਂ 'ਤੇ ਕੋਈ ਹੋਰ ਕਿਸਮ ਦੇ ਕ੍ਰਾਈਮ ਨੂੰ ਰੋਕਣ ਵਾਸਤੇ ਅਲੱਗ ਫੋਰਸ ਬਣਾਈ ਜਾ ਰਹੀ ਹੈ SSF। ਪਿਛਲੇ ਸਾਲ ਇਸੇ ਫਰਵਰੀ ਮਹੀਨੇ 'ਚ ਕਿੰਨੀਆਂ ਐਕਸੀਡੈਂਟ ਹੋਏ ਸੀ, ਕਿੰਨੀਆਂ ਮੌਤਾਂ ਹੋਈਆਂ ਸੀ, ਇਸ ਵਾਰ SSF ਕਰਕੇ ਕਿੰਨੀਆਂ ਮੌਤਾਂ ਘੱਟ ਗਈਆਂ ਹਰ ਮਹੀਨੇ ਦਾ ਡਾਟਾ ਦਿਆ ਕਰਾਂਗੇ। ਜੇ 50% ਵੀ ਘਟਾ ਲਿਆ 3000 ਬੰਦੇ ਦੀ ਜਾਨ ਬਚ ਜੂਗੀ ਜੀ, 3000 ਬੰਦੇ। ਸੜਕ ਸੁਰੱਖਿਆ ਫੋਰਸ ਦੇ 24 ਘੰਟੇ ਮੌਜੂਦ ਰਹਿਣ ਦੇ ਚਲਦਿਆਂ ਅਪਰਾਧ ਦਰ ਘਟੀ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦਾ ਮਕਸਦ ਪੰਜਾਬ ਦੇ ਲੋਕਾਂ ਨੂੰ ਇੱਕ ਸੁਰੱਖਿਅਤ ਮਾਹੌਲ ਮੁਹੱਈਆ ਕਰਵਾਉਣਾ ਹੈ। ਠੇਲਾ ਲਗਾ ਕੇ ਇੱਕ ਬੈਠੀ ਆ ਵੀ ਉਹਦਾ ਵੀ ਇਹ ਸੋਚ ਕੇ ਘਰੋਂ ਨਿਕਲਦੀ ਆ ਵੀ ਉਹਦਾ ਵੀ ਜਦੋਂ ਇਹ ਫੜੂ ਜਿਹੜੇ ਆ ਉਹ ਲਗਾਈ ਬੈਠੀ ਆ ਵੀ ਜਦੋਂ ਵਿਕਣਗੇ ਤੇ ਉਹ ਘਰ ਵਿੱਚ ਜਾ ਕੇ ਤੇ ਆਪਣੀ ਦੋ ਵਕਤ ਦੀ ਜਿਹੜੀ ਆ ਰੋਟੀ ਖਾ ਸਕੇਗੀ, ਕਿਉਂਕਿ ਵਿਧਵਾ ਔਰਤ ਹੈ, ਹੋਰ ਕੋਈ ਇਹਦਾ ਸਾਧਨ ਨਹੀਂ ਹੈ, ਇੱਕ ਬੱਚਾ ਜਿਹਨਾਂ ਨੂੰ ਰੋਟੀਆਂ ਇਹਨਾਂ ਨੇ ਖਵਾਉਣੀਆਂ। ਇਹਨਾਂ ਨਾਲ ਗੱਲਬਾਤ ਕਰਦੇ ਹਾਂ ਵੀ ਆਖਰ ਵੀ ਕੀ ਮਜਬੂਰੀ ਇਹੋ ਜਿਹੀ ਆ ਵੀ ਆ ਕੇ ਸੜਕ ਦੇ ਉੱਤੇ ਖੜ ਕੇ ਵੀ ਇਸ ਤਰ੍ਹਾਂ ਦੇ ਜਿਹੜੇ ਕਾਰੋਬਾਰ ਜਿਹੜਾ ਉਹ ਕਰਨਾ ਪੈ ਰਿਹਾ ਹੈ, ਕਿਉਂਕਿ ਜਿਹੜਾ ਵੀ ਅਮਰੂਦ ਹੈ ਕਾਫੀ ਰੇਹੜੀਆਂ ਆ ਕੇ ਲੱਗੀਆਂ ਹੋਈਆਂ। ਜਦੋਂ ਔਰਤਾਂ ਇਹ ਚਲਾਉਂਦੀਆਂ ਔਰ ਮਹਿਸੂਸ ਹੁੰਦਾ ਕਿ ਵਾਕਈ ਬੇਰੋਜ਼ਗਾਰੀ ਜਿਹੜੀ ਆ ਦੇਸ਼ ਵਿੱਚ ਕਿੰਨੀ ਆ, ਲੇਕਿਨ ਦੇਸ਼ ਦੇ ਨੇਤਾ ਇਹ ਗੱਲ ਨੂੰ ਸਮਝਣ ਨੂੰ ਤਿਆਰ ਨਜ਼ਰ ਨਹੀਂ ਪੈਂਦੇ। ਇਹ ਹਾਲਾਤ ਹੋ ਚੁੱਕੇ ਨੇ ਵੀ ਭਾਰਤ ਦੇ ਜੇ, ਕਿਉਂਕਿ ਇੱਥੇ ਜਿਹੜੀਆਂ ਬਜ਼ੁਰਗ ਔਰਤਾਂ ਜਿਨ੍ਹਾਂ ਦਾ ਕੋਈ ਸਹਾਰਾ ਨਹੀਂ ਹੈ, ਉਹਨਾਂ ਨੂੰ ਵੀ ਵਿਚਾਰੇ ਵੀ ਆਪਣੀ ਦੋ ਵਕਤ ਦੀ ਰੋਟੀ ਖਾਣ ਵਾਸਤੇ ਕਿੰਨੀ ਜੱਦੋ ਜਹਿਦ ਪਰ ਗਰਮੀ ਵਿੱਚ, ਕਿਉਂਕਿ ਇੰਨੀ ਤੇਜ਼ ਧੁੱਪ ਪੈ ਰਹੀ ਹੈ, ਕੋਈ ਪੱਖਾ ਨਹੀਂ, ਕੋਈ ਹੋਰ ਨਹੀਂ, ਵੀ ਉਹਦੇ ਵਿੱਚ ਵੀ ਇਹਨਾਂ ਨੂੰ ਕੰਮ ਕਰਨਾ ਪੈ ਰਿਹਾ। ਇਹਨਾਂ ਨਾਲ ਗੱਲਬਾਤ ਅਸੀਂ ਕਰਾਂਗੇ ਜੀ। ਮਾਤਾ ਜੀ ਨਮਸਕਾਰ। ਮਾਤਾ ਜੀ ਕੀ ਮਜਬੂਰੀ ਹੈ ਜਿਹੜਾ ਤੁਸੀਂ ਅਮਰੂਦਾਂ ਦਾ ਜਿਹੜਾ ਇੱਥੇ ਠੇਲਾ ਲਗਾਇਆ? ਬਸ ਘਰੇ ਨਹੀਂ ਸਰਦਾ, ਕੀ ਕਰਦੇ ਘਰੇ ਨਹੀਂ ਸਰਦਾ, ਗਰੀਬੀ ਬਹੁਤ ਹੈ, ਬਸ ਘਰ ਦੀ ਬਹੁਤ ਗਰੀਬੀ ਹੈ, ਦੱਸੋ ਕੀ ਕਰਦੇ ਆ? ਮਿਹਨਤ ਕਰਕੇ ਬੰਦੇ ਸਿਰ ਤੇ ਇਹਦਾ ਵੀ ਨਹੀਂ ਹੈਗਾ, ਮੇਰਾ ਵੀ ਨਹੀਂ ਹੈਗਾ, ਬਸ ਘਰੇ ਨਹੀਂ ਸਰਕਾਰ ਚੱਲਦਾ, ਬਸ ਕੀ ਕਰਦੇ? ਕੋਈ ਹੋਰ ਸਾਧਨ ਨਹੀਂ? ਵੀ ਸਰਕਾਰਾਂ ਕਹਿੰਦੀਆਂ ਅਸੀਂ ਬੜਾ ਕੁਛ ਦਿੰਦੇ ਹਾਂ ਵੀ ਜਿੰਨਾ ਕੋਈ ਨਹੀਂ ਕਰਦਾ ਕੋਈ ਮਿਲਦਾ ਨਹੀਂ ਤੁਹਾਨੂੰ ਕੁਛ, ਕਿੱਥੋਂ ਲੈ ਕੇ ਆਉਂਦੇ ਹੋ ਤੇ ਕਿਵੇਂ ਮਤਲਬ ਵੇਚਦੇ? ਇਹ ਪਤਾ ਉਹ ਮੁੰਡੇ ਜਾਂਦੇ ਆ, ਉਹਨਾਂ ਤੋਂ ਅਸੀਂ ਦਿੱਲੀ ਤੋਂ ਮਾਲ ਮੰਗਾਉਂਦੇ, ਇਹ ਵੀ ਵਿਚਾਰੇ ਮੰਗਾਉਂਦੇ, ਮੈਂ ਵੀ ਮੰਗਾਉਂਦੀ, ਪੁੱਛਣ ਦੇ ਕੀ ਕਮਾਈ ਕੀ ਘਰ ਤੱਕ ਨਹੀਂ ਮਜਬੂਰ
ਇੰਨੀ ਗਰਮੀ ਵਿੱਚ ਤੁਸੀਂ ਇੱਥੇ ਬੈਠਦੇ ਹੋ ਕਮਾਉਂਦੇ, ਕੋਈ ਹੋ ਸਕਦਾ ਨਹੀਂ ਮਤਲਬ? ਹੋਰ ਕੀ ਸਾਨੂੰ ਕੋਈ ਮਿਲਦਾ ਹੀ ਨਹੀਂ ਕਰੀਏ, ਕੋਈ ਕੋਈ ਮਿਲ ਜਾਵੇ ਸਾਨੂੰ ਤਾਂ ਸਰਕਾਰੀ ਕੋਈ ਦਫ਼ਤਰ ਦੇ ਵਿੱਚ ਕੋਈ ਮਿਲ ਜਾਵੇ ਪਾਣੀ ਢਾਣੀ ਭਰਾਉਣ ਨੂੰ, ਜਾਂ ਸਕੂਲ ਦੇ ਵਿੱਚ ਮਿਲ ਜਾਵੇ ਕੋਈ 10-15,000 ਰੁਪਈਆ ਸਾਨੂੰ ਮਿਲ ਜਾਵੇ, ਸਾਨੂੰ ਤਾਂ ਓਨਾ ਹੀ ਬੜਾ, ਆਹ ਧੱਕੇ ਦੇ ਨਾਲ ਖਾਣੇ ਪੈਣ, ਕੁਛ ਬਚਦਾ ਹੀ ਨਹੀਂ। ਇੱਥੇ ਕਿੰਨੀ ਕੁ ਕਮਾਈ ਕਰ ਲੈਂਦੇ ਹੋ ਅਤੇ ਕਿੱਥੋਂ ਜਿਹੜਾ ਫਰੂਟ ਜਿਹਾ ਲੈ ਕੇ ਆਉਂਦੇ? ਗਰਮੀ ਵਿੱਚ ਪੱਖਾ ਵੀ ਨਹੀਂ, ਕੁਛ ਨਹੀਂ ਵੇਲਾ ਫਿਰ ਤੁਹਾਡੇ ਸਾਹਮਣੇ, ਫਿਰ ਹੁਣ ਢਿੱਡ ਖਾਣ ਨੂੰ ਮੰਗਦਾ ਕੀ ਕਰਦੇ? ਘਰ ਦੇ ਬੱਚੇ ਕਰਦੇ? ਬੱਚੇ ਵੀ ਵਿਚਾਰੇ ਮਿਹਨਤ ਮਜ਼ੂਰੀ ਕਰਦੇ, ਦਿਹਾੜੀ ਮਜ਼ੂਰੀ, ਅਤੇ ਉਹ ਮੱਝਾਂ ਮੁੱਝਾਂ ਦੋ ਦੋ ਚਾਰ ਚਾਰ ਰੱਖੀਆਂ, ਅਤੇ ਉਹ ਵੱਡਾ ਜਿਹੜਾ ਉਹ ਐਂ ਕਰਕੇ ਦੇਖ ਰਿਹਾ, ਉਹਦੇ ਅੱਖਾਂ ਵਿੱਚ ਚਿੱਟਾ ਮੋੜ ਗਿਆ ਦੋਵਾਂ ਨੇ, ਹੁਣ ਤਾਂ ਦੇਖਦਾ ਹੀ ਨਹੀਂ। ਅਤੇ ਛੋਟਾ ਵੀ ਵਿਚਾਰਾ ਦੋ ਚਾਰ ਡੰਗਰ ਰੱਖੀ ਬੈਠਾ, ਇੱਕ ਬੱਚਾ ਅਤੇ ਇੱਕ ਲੜਕੀ ਉਹਦੀ ਗੁੰਮ। ਮੈਂ ਤਾਂ ਆਪ ਦੇਖ ਸਕਦੇ ਹੋ ਵੀ ਕਿਸ ਤਰ੍ਹਾਂ ਮਤਲਬ ਕਿ ਮਜ਼ਬੂਰ ਨੇ ਮਾਤਾਵਾਂ ਜਿਹੜੀਆਂ ਇੱਥੇ ਬੈਠੀਆਂ ਨੇ ਵੀ ਆਪਣਾ ਕੰਮ ਕਾਰੋਬਾਰ ਕਰਦੀਆਂ, ਕਿਉਂਕਿ ਕੋਈ ਹੋਰ ਉਹਨਾਂ ਸਾਧਨ ਨਹੀਂ ਮਿਲਦਾ। ਲੇਕਿਨ ਸਰਕਾਰਾਂ ਨੇ, ਚਾਹੇ ਜਦੋਂ ਮੋਦੀ ਸਰਕਾਰ ਬਣੀ ਸੀ ਤਾਂ ਬੜੇ ਸਵਾਸਨ ਦਿੱਤੇ ਸੀ ਲੋਕਾਂ ਨੂੰ ਵੀ ਮਤਲਬ ਵੱਡਾ ਜਿਹੜਾ ਰੋਜ਼ਗਾਰ ਇੱਕ ਆਮ ਲੋਕਾਂ ਨੂੰ ਦੇਵਾਂਗੇ, ਗਰੀਬਾਂ ਨੂੰ ਬੜੀਆਂ ਸਹੂਲਤਾਂ ਦੇਵਾਂਗੇ। ਲੇਕਿਨ ਸਹੂਲਤਾਂ ਦੇਵਾਂਗੀਆਂ ਜਿਹੜੇ ਇਹ ਔਰਤਾਂ ਜਿਹੜੀਆਂ ਬੈਠੀਆਂ ਆਪਣੇ ਮਰੂਦ ਲਗਾ ਕੇ ਸੜਕ ਦੇ ਕਿਨਾਰੇ ਠੇਲਾ ਲਗਾ ਕੇ ਇਹ ਮਤਲਬ ਇਹ ਵੇਚਦੀਆਂ ਦਿਖਾਈ ਦੇ ਰਹੀਆਂ, ਜੋ ਆਪਣੇ ਆਪ ਦੇ ਵਿੱਚ ਵੀ ਇੱਕ ਕਹਿ ਸਕਦੇ ਹਾਂ ਵੀ ਕਤਰਤਯੋਗ ਹਾਲਾਤਾਂ ਦੇ ਵਿੱਚ ਇਹ ਬੈਠੀਆਂ ਦਿਖਾਈ ਦੇ ਰਹੀਆਂ, ਕਿਉਂਕਿ ਅੱਧ ਵੀ ਗਰਮੀ ਆ ਅਤੇ ਗਰਮੀ ਵਿੱਚ ਬਿਨਾਂ ਪੱਖੇ ਤੋਂ ਇਸ ਤਰ੍ਹਾਂ ਸੜਕ ਦੇ ਕਿਨਾਰੇ ਧੁੱਪ ਵਿੱਚ ਬਹਿਣਾ ਅਤੇ ਇੱਕ ਬੜਾ ਵੱਡਾ ਹੀ ਕਹਿ ਸਕਦੇ ਹਾਂ ਵੀ ਜਿਗਰਾ ਹੁੰਦਾ ਵੀ ਚਲੋ, ਕਿਉਂਕਿ ਪੇਟ ਪਾਲਣਾ ਹੋਵੇ ਤਾਂ ਪੇਟ ਪਾਲਣ ਦੇ ਵਿੱਚ ਵੀ ਕਹਿ ਸਕਦੇ ਜਿੰਨੀ ਜਦੋਂ ਜਹਿਦ ਕਰਨੀ ਪਵੇ ਇਹ ਇਹਨਾਂ ਔਰਤਾਂ ਤੋਂ ਹੀ ਇਨਸਾਨ ਜਿਹੜਾ ਉਹ ਸਿੱਖ ਸਕਦਾ। ਕੈਮਰਾਮੈਨ ਤੇਰਾ ਸਰਬਜੀਤ ਸਿੰਘ, ਦੈਨਿਕ ਸਵੇਰਾ। देश दुनिया की हर खबर सबसे पहले देखने के लिए फॉलो करें दैनिक सवेरा टीवी, यूट्यूब, फेसबुक, इंस्टाग्राम, एक्स और व्हाट्सएप चैनल पर।